ਭਾਰਤੀ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਦੇ ਖੇਤੀ ਸੰਬੰਧੀ ਫੈਸਲਿਆਂ ਦੀ ਨਿਖੇਧੀ ਕਰ ਰਹੀਆਂ ਨੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਖੇਤੀ ਦੀ ਵਰਤੋਂ ਵਿੱਚ ਆਉਣ ਵਾਲੀਆਂ ਸਾਰੀਆਂ ਚੀਜ਼ਾਂ ਦੇ ਰੇਟ ਕੇਂਦਰ ਸਰਕਾਰ ਨੇ ਵਧਾ ਦਿੱਤੇ ਨੇ ਅਤੇ ਸਰਕਾਰ ਬਣਨ ਤੋਂ ਪਹਿਲਾਂ ਮੋਦੀ ਨੇ ਜੋ ਵੀ ਵਾਅਦੇ ਕੀਤੇ ਸਨ ਉਹ ਉਹਨਾਂ ਤੇ ਖਰੇ ਨਹੀਂ ਉਤਰੇ, ਜਿਸ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਅਤੇ ਹੋਰ 150 ਯੂਨੀਅਨਾਂ ਦਿੱਲੀ ਵਿੱਚ 21-22-23 ਨਵੰਬਰ ਨੂੰ ਪ੍ਰਦਰਸ਼ਨ ਕਰਨਗੀਆਂ ਅਤੇ ਕੇਂਦਰ ਸਰਕਾਰ ਦੇ ਫੈਸਲਿਆਂ ਦਾ ਵਿਰੋਧ ਕਰਨਗੀਆਂ। ਕੇਂਦਰ ਸਰਕਾਰ ਨੇ ਅੱਜ ਕਣਕ ਦੇ ਭਾਅ ਵਿੱਚ ਸਿਰਫ ਨਗੂਣਾ 110 ਰੁਪਏ ਪ੍ਰਤੀ ਕੁਇੰਟਲ ਵਾਧਾ ਕਰਕੇ ਭਾਰਤ ਦੇ ਕਰਜ਼ੇ ਤੋਂ ਪੀੜਿਤ ਕਿਸਾਨ ਜਿਹੜੇ ਖੁਦਕੁਸ਼ੀਆਂ ਦੇ ਰਾਹ ਪਏ ਉਹਨਾਂ ਨੂੰ ਕੋਝਾ ਮਜ਼ਾਕ ਕੀਤਾ। ਅਸੀਂ ਇਹਨੂੰ ਬਿਲਕੁਲ ਭਾਅ ਵਧੇ ਭਾਅ ਰੱਦ ਕਰਦੇ ਹਾਂ, ਇਹਦੀ ਪੁਰਜ਼ੋਰ ਨਿਖੇਧੀ ਕਰਦੇ ਹਾਂ, ਕਿਉਂਕਿ ਸਿਰਫ ਡੀਜ਼ਲ ਦੀ ਕੀਮਤ ਹੀ ਪਿਛਲੇ ਇੱਕ ਸਾਲ ਅੰਦਰ 10% ਵਧੀ ਆ, ਖਾਦਾਂ ਨੂੰ ਵੀ ਯੂਰੀਆ ਅਤੇ DAP ਨੂੰ ਵੀ 10% ਦੇ ਨੇੜੇ ਤੇੜੇ GST 'ਚ ਲੈ ਆਉਂਦਾ ਹੈ, ਹਰ ਤਰ੍ਹਾਂ ਦੇ ਜਿਹੜੇ ਪੁਰਜੇ ਵਰਤੇ ਜਾਂਦੇ ਆ ਟਰੈਕਟਰਾਂ ਦੇ ਜਾਂ ਹੋਰ ਇੰਪਲੀਮੈਂਟਸ ਉਹ ਵੀ GST ਦੇ ਵਿੱਚ ਨੇ। ਖਾਸ ਤੌਰ 'ਤੇ ਟਰੈਕਟਰ ਨੂੰ ਵਪਾਰਕ ਵਹੀਕਲ ਬਣਾ ਕੇ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਕੁਛ ਦਿਨ ਪਹਿਲਾਂ, ਤਾਂ ਉਹਦੇ ਨਾਲ 30,000 ਰੁਪਇਆ ਪਰ ਸਾਲ ਹਰ ਟਰੈਕਟਰ 'ਤੇ ਟੈਕਸ ਲਾ ਦਿੱਤਾ। ਮੈਂ ਬੂਟਾ ਸਿੰਘ ਮੁਰਜੀਗਿੱਲ, ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਇੱਕ ਤਟਕਾਉਂਦਾ। ਜੋ ਕੇਂਦਰ ਸਰਕਾਰ ਨੇ ਕਣਕ ਦੇ ਭਾਅ ਦਾ ਐਲਾਨ ਕੀਤਾ 1735 ਰੁਪਈਏ, ਇਹ ਇੱਕ ਕਿਸਾਨਾਂ ਦੇ ਨਾਲ ਧੋਖਾ ਹੈ। ਅਸੀਂ ਇਹਨੂੰ ਮੁੱਢੋਂ ਰੱਦ ਕਰਦੇ ਹਾਂ। ਮੋਦੀ ਸਰਕਾਰ ਬਣੀ ਇਸ ਆਧਾਰ 'ਤੇ ਸੀ ਕਿ ਉਹਨੇ ਕਿਸਾਨਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣੀ ਤਾਂ ਅਸੀਂ ਡਾਕਟਰ ਸਵਾਮੀਨਾਥਨ ਦੀਆਂ ਸਿਫਾਰਿਸ਼ਾਂ ਮੁਤਾਬਕ ਫਸਲਾਂ ਦੇ ਭਾਅ ਦੇਵਾਂਗੇ। ਅੱਜ ਬਿਲਕੁਲ ਉਹ ਤੋਂ ਮੁੱਕਰ ਚੁੱਕੀ ਹੈ। ਇਸ ਦੇ ਵਿਰੋਧ ਦੇ ਵਿੱਚ ਅਸੀਂ ਹਿੰਦੁਸਤਾਨ ਦੀਆਂ 150 ਦੇ ਕਰੀਬ ਜਥੇਬੰਦੀਆਂ ਵੱਲੋਂ For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News.